ਚਾਵਲਾਂ ਨੂੰ ਪੂਰਨ ਤੌਰ ਤੇ ਜ਼ੀਰਾ ਬਣਾਉਣ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਕਾਂਗਰਸ ਸਰਕਾਰ ਵੇਲੇ ਸਰਕਾਰ ਦੇ ਮੰਤਰੀਆਂ ਵੱਲੋਂ ਵੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਸੀ ਕਿ ਬਟਾਲਾ ਪੂਰਨ ਤੌਰ ਤੇ ਜ਼ੀਰਾ ਬਣਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦਾ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਇਸੇ ਮੰਗ ਨੂੰ ਲੈ ਕੇ ਬਟਾਲਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਸਮੇਤ ਕੁਝ ਦੂਸਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਮਾਰਚ ਕੱਢਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਮਾਰਚ ਬੱਸ ਅੱਡਾ ਬਟਾਲਾ ਤੋਂ ਸ਼ੁਰੂ ਹੁੰਦੇ ਹੋਏ ਗਾਂਧੀ ਚੌਂਕ ਤੱਕ ਪਹੁੰਚਿਆ। ਰਿਪੋਰਟ ਜਨ ਕਲਿਆਣ ਟੀਵੀ, ਪੱਤਰਕਾਰ ਜਸਵਿੰਦਰ ਬੇਦੀ, ਗੁਰਦਾਸਪੁਰ। पंजाब के लोगों ने तक चाई नहीं चलेगी, नहीं चलेगी, नहीं चलेगी। यार लागू करो पेंशन के ਅਸੀਂ ਵੱਖ ਵੱਖ ਜਥੇਬੰਦੀਆਂ ਚਲਾਉਂਦੇ ਹਾਂ ਬਟਾਲਾ ਦੇ ਵਿੱਚ। ਅੱਜ ਆਜ਼ਾਦ ਪਾਰਟੀ ਸਿੰਦਰ ਸਿੰਘ ਕਲਸੀ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਦੇ ਖਿਲਾਫ਼ ਜੋ ਮੁਜ਼ਾਹਰਾ ਬੱਸ ਸਟੈਂਡ ਤੋਂ ਚੱਲ ਕੇ SDM ਦਫ਼ਤਰ ਗਾਂਧੀ ਚੌਂਕ ਹੁੰਦਾ ਹੋਇਆ ਜਾਏਗਾ, ਇਸ ਵਿੱਚ ਸਾਡੀਆਂ ਮੇਨ ਮੰਗਾਂ ਨੇ ਜਿਵੇਂ ਬਟਾਲੇ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ, ਬਟਾਲੇ ਦੇ ਵਿੱਚ ਮੈਡੀਕਲ ਕਾਲਜ ਘੋਸ਼ਿਤ ਕੀਤਾ ਜਾਵੇ, ਮਹਿਲਾਵਾਂ ਨੂੰ 3000 ਰੁਪਇਆ ਪ੍ਰਤੀ ਪੈਨਸ਼ਨ ਦਿੱਤੀ ਜਾਵੇ। ਜੋ ਚੋਣ ਮੈਨੀਫੈਸਟੋ ਵਿੱਚ ਭਗਵੰਤ ਮਾਨ ਸਾਹਿਬ ਨੇ ਪਾਇਆ ਸੀ ਕਿ 1000 ਰੁਪਈਆ ਮੇਰੀ ਸਰਕਾਰ ਆਉਂਦਿਆਂ ਹੀ ਜਿਹੜਾ ਹੈਗਾ ਮਹਿਲਾਵਾਂ ਨੂੰ ਸ਼ੁਰੂ ਹੋ ਜਾਏਗਾ, ਪਰ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਕੋਈ ਵੀ ਢੰਗ ਦਾ ਫੈਸਲਾ ਨਹੀਂ ਲੈ ਰਹੀ। ਸਿਰਫ ਲੋਲੀਪੋਪ ਜਿਹੜੇ ਦੇ ਰਹੀ ਆ, ਅੱਜ 50 ਤੋਂ ਵੱਧ ਦਿਨ ਉਹਦੇ ਸਰਕਾਰ ਦੇ ਹੋ ਗਏ ਨੇ, ਪਰ ਪੰਜਾਬ ਦੇ ਲੋਕ ਕਹਿ ਰਹੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਪਿੰਡਾਂ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ਿਆਂ ਦੇ ਨਾਂ ਦੇ ਉੱਤੇ ਗਰੀਬਾਂ ਦੇ ਘਰ ਢਾਏ ਜਾ ਰਹੇ ਨੇ, ਬਹੁਤ ਮਤਲਬ ਕਿ ਜਿਹੜੀ ਸਰਕਾਰ ਕੋ ਮਤਲਬ ਕਿ ਆਪਣੀ ਜਿਹੜੀ ਗੁੰਡਾਗਰਦੀ ਸ਼ਾਸਨ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਕਰਦੀ ਰਹੀਆਂ ਵਾ, ਆਮ ਪਾਰਟੀ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਵਿੱਚ ਕੋਈ ਅੰਤਰ ਨਹੀਂ ਹੈ। ਹੋਰ ਵੀ ਕੋਈ ਸਰਕਾਰਾਂ ਜਿਹੜੀਆਂ ਆਈਆਂ ਵਾ ਇਹਨਾਂ ਵਿੱਚ ਕੋਈ ਅੰਤਰ ਨਹੀਂ ਸਮਝਦੇ। ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਹਾਂ ਕਿ ਜੋ ਵੀ ਚੋਣ ਮੈਨੀਫੈਸਟੋ ਵਿੱਚ ਤੁਸੀਂ ਪਾਇਆ ਵਾ, ਕਿਉਂਕਿ ਇਹ ਲੋਕ ਲੜਨ ਵਾਲੀ ਕੌਮ ਗੁਰੂ ਗੋਬਿੰਦ ਸਿੰਘ ਦੀ ਕੌਮ ਦੇ ਵਿੱਚੋਂ ਲੋਕ ਨੇ, ਇਹ ਗੁਰੂ ਪ੍ਰਭੂ ਜਸੂ ਸਿੰਘ ਦੀ ਕੌਮ ਦੇ ਵਿੱਚੋਂ ਲੜਨ ਵਾਲੇ ਲੋਕ ਨੇ, ਇਹ ਬਹਾਦਰ ਲੋਕ ਯੋਧੇ ਲੋਕ ਨੇ। ਇਹਨਾਂ ਨੂੰ ਪਤਾ ਵਾ ਕਿ ਆਪਣੇ ਆਪ ਹੀ ਹੱਕ ਕਿਤਨਾ ਲੈਣੇ ਆ। ਇਹੋ ਜਿਹੀਆਂ ਸਰਕਾਰਾਂ ਕਈ ਆਉਂਦੀਆਂ ਕਈ ਜਾਂਦੀਆਂ, ਲੋਕ ਆਪਣੇ ਹੱਕ ਲੈ ਕੇ ਛੱਡਦੇ ਨੇ। ਅਤੇ ਅਸੀਂ ਇਹ ਕਹਾਂਗੇ ਕਿ ਇਹ ਅੱਜ ਮਾਨਤਾ ਦਿੱਤੀ ਜਾਵੇ ਇਹ ਬਟਾਲੇ ਦੇ ਧਰਨੇ ਨੂੰ, ਮੁੱਖ ਮੰਤਰੀ ਦੇ ਨਾਂ ਦੇ ਉੱਤੇ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਕਲਸੀ ਜੀ ਦੀ ਅਗਵਾਈ ਦੇ ਹੇਠ, ਇਸ ਨੂੰ ਮੁੱਖ ਮੰਤਰੀ ਸਾਹਿਬ ਸਪਸ਼ਟ ਜਿਹੜਾ ਆਪ ਵਾਰਤਾ ਕਰਕੇ ਦੱਸਣ ਕਿ ਠੀਕ ਹੈ ਜੀ ਇਹ ਜਿਹੜੀਆਂ ਮੰਗਾਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਇਹਨਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ। ਕੀ ਕਰ ਰਹੇ ਪੂਰੇ ਕਰਦੇ? ਦੇਖੋ ਜੀ, ਜਿਹੜਾ 3000 ਰੁਪਏ ਪੈਨਸ਼ਨ ਦਾ ਇੱਕ ਵਾਅਦਾ ਪਾਇਆ ਸੀ ਇਹਨਾਂ ਨੇ ਜ਼ਿਲ੍ਹੇ ਨੂੰ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਲਈ, ਇਹਨਾਂ ਨੇ ਮਤਲਬ ਕਿ ਕਿਹਾ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ, ਕਿਉਂਕਿ ਇੱਥੇ ਪੱਕਾ ਮੋਰਚਾ ਲੱਗਾ ਸੀ। ਤੁਸੀਂ ਮੀਡੀਆ ਵਾਲੇ ਸਾਰੇ ਸਾਥੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਬੜਾ ਲੰਮਾ ਸਮਾਂ ਕਵਰ ਕੀਤਾ ਉਹਨੂੰ, ਅਤੇ ਉਹ ਉਹਦੇ ਵਿੱਚ ਪੂਰੇ ਜ਼ੋਰ ਮੰਗ ਕੀਤੀ ਸੀ ਕਿ ਜ਼ਿਲ੍ਹਾ ਬਣਾ ਦਿਆਂਗੇ। ਕਾਂਗਰਸ ਸਰਕਾਰ ਨੇ ਵੀ ਜਦ ਕਿ ਆਪਣੀ ਸਰਕਾਰ ਗਵਾ ਲਈ, ਆਪਣੀ ਪਾਰਟੀ ਗਵਾ ਲਈ, ਪਰ ਉਹ ਜ਼ਿਲ੍ਹਾ ਨਹੀਂ ਬਣਾ ਸਕੀ। ਅਸੀਂ ਅੱਜ ਐਲਾਨ ਕਰਨੇ ਹਾਂ ਕਿ ਬਾਬੇ ਦੇ ਵਿਆਹ ਤੋਂ ਪਹਿਲਾਂ ਜਿਹੜਾ ਹੈਗਾ ਸਿੰਦਰ ਸਿੰਘ ਕੁਲਸੀ ਦੀ ਅਗਵਾਈ ਦੇ ਹੇਠ, ਜਿਹਨਾਂ ਕਿ ਬੜੇ ਚਿਰ ਤੋਂ ਸੰਘਰਸ਼ ਲੰਬਾ ਚੱਲ ਰਿਹਾ ਬਿਆਸ ਵਾਲੀ ਲਾਈਨ ਦਾ, ਇਹਦਾ ਮੁੱਦਾ ਜਿਹੜਾ ਵਾ ਲਟਕ ਰਿਹਾ ਵਾ, ਇਸ ਨੂੰ ਪੂਰਾ ਕੀਤਾ ਜਾਵੇ। ਅਤੇ ਜੇ ਨਹੀਂ ਕਰਦੀ ਸਰਕਾਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ, ਉਹ ਤਿਆਰ ਰਹੇ। ਅਸੀਂ ਅੱਜ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹਾ ਦਾ ਐਲਾਨ ਕਰਵਾਉਣ ਵਾਸਤੇ, ਜਿਹੜਾ ਕਿ ਬਟਾਲਾ ਵਾਸੀਆਂ ਦੀ ਬੜੀ ਚਿਰਾਂ ਤੋਂ ਜਾਇਜ਼ ਅਤੇ ਹੱਕੀ ਮੰਗ ਆ, ਉਹਨੂੰ ਪੂਰਾ ਕਰਨ ਵਾਸਤੇ ਅਸੀਂ ਆਜ਼ਾਦ ਪਾਰਟੀ ਵੱਲੋਂ ਅਤੇ ਹੋਰ ਸਮਰਥਕ ਪਾਰਟੀਆਂ ਵੱਲੋਂ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਹਾਂਜੀ, ਮੰਗ ਪੱਤਰ ਜਿਹੜਾ ਵਾ ਉਹ ਐਸ ਐਮ ਸਾਹਿਬ ਨੂੰ ਦੇਵਾਂਗੇ ਪੰਜਾਬ ਦੇ CM ਦੇ ਵਾਸਤੇ। ਕੀ ਮੰਗਾਂ ਇਹ ਹੈ ਵੀ ਪਹਿਲੀ ਮੰਗ ਇਹ ਹੈ ਵੀ ਜਿਹੜਾ ਬਟਾਲਾ ਜਿਹੜਾ ਵਾ ਆਪਣੇ ਰੈਵਨਿਊ ਡਿਸਟ੍ਰਿਕਟ ਬਣਨ ਦੇ ਯੋਗ ਆ ਅਤੇ ਪੂਰੀਆਂ ਸ਼ਰਤਾਂ ਰੱਖਦਾ ਵਾ, ਮੈਰਿਟ ਬੜਾ ਇਹਦਾ, ਪਰ ਇਹਦੀਆਂ ਮੈਰਿਟ ਨੂੰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੋਂਦ ਵਿੱਚ ਆਈਆਂ ਅਤੇ ਰਾਜ ਕੀਤਾ ਉਹਨਾਂ ਨੇ ਇਗਨੋਰ ਕੀਤਾ, ਸਿਆਸੀ ਪੱਖਪਾਤ ਤਹਿਤ ਬਟਾਲਾ ਵਾਸੀਆਂ ਦੇ ਨਾਲ ਉਹਨਾਂ ਨੇ ਵੱਡੀ ਭਾਦਰ ਦੀ ਉੱਥੇ ਬੇਇਨਸਾਫੀ ਕੀਤੀ। ਅਸੀਂ ਅੱਜ ਇਨਸਾਫ ਲੈਣ ਵਾਸਤੇ ਇੱਥੇ ਪ੍ਰੋਟੈਸਟ ਕਰ ਰਹੇ ਹਾਂ। ਦੂਜੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਆ ਜਿਹੜੀ ਹੁਣ ਨਵੀਂ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ, ਇਹਨੇ ਕਿਹਾ ਸੀ ਵੀ ਮੈਂ 1000 ਰੁਪਇਆ ਮਹਿਲਾਵਾਂ ਦੀਆਂ ਦਾਂਗਾ, ਪਰ ਉਹ ਇਹਨੇ ਨਹੀਂ ਕੀਤਾ। ਨੰਬਰ 2,
असी इस सरकार तो आम आदमी पार्टी की भगवंत सरकार तो आजाद पार्टी वालों पुरजोर मंग करते हैं भी जी बुढ़ापा विधवा आदि पेंशन आ यह बंदे का पुत बन के 3000 रुपया प्रति महीना की जाए जे ना करा तो जो हाल कांग्रेस का अकाली भाजपा सरकार का होया वा तेरा भी हाल वह होगा नहीं तो समय की इंतजार करो जेडे वादे किए वादे पूरे करने की कोशिश करो जे नहीं तो फिर लोगों की ताकत तुम्हें पता ही आ जे लोगों की ताकत ने मान साहब तुम्हें पता भी जे लोगों की ताकत ने व्डे व्डे वोट जोड़े से पुट मारे पता नहीं हूँ किसी उन्होंने नामो निशान उड़ाता बादल वर्गे कैप्टन वर्गे होर व्डे व्डे जड़े ऐसे उन्होंने बेड़ा कर करके रखता सियासत उन्होंने मिलिया मेट करके रख दिता वा अज सफाया कर दते अज उ ताकत जे तुम इन्ह लोगों की मंग ना मनी किते वादे पूरे ना किते तो फिर यो ताकत जो तू जा सकती है तो थोड़ा भी बेड़ा कर कर सकती है। देश विदेश अते लोकल शहर दियां तरो ताजियां खबरां देखण दे लई साडा ए यूट्यूब चैनल जन कल्याण टीवी नू सबस्क्राइब करना ना भुल्यो ते नाल ही बैल आइकन भी ऑन कर दो ताकि जदों भी असीं नवीं तों नवीं कोई न्यूज़ अपलोड करिए तां उहदी नोटिफिकेशन तुहाडे तक जल्द तों जल्द पहुंच जाए। सो सबस्क्राइब जन कल्याण टीवी।